Potremmo prendere. ਅਸਲਾਮੁ ਅਲੈਕੁਮ ਰਹਿਮਤੁਲਾਹ ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਨਾਜ਼ਰੀਨ, ਅੱਜ ਅਸੀਂ ਆਏ ਹਾਂ ਜਨਾਹ ਪਾਰਕ ਗੁਜਰਾਂਵਾਲਾ। ਜਨਾਹ ਪਾਰਕ ਗੁਜਰਾਂਵਾਲੇ ਦੇ ਗੇਟ ਦੀ ਆ ਬਾਹਰ ਦੀ ਵੀਡੀਓ ਵੇ। ਜਨਾਹ ਪਾਰਕ ਗੁਜਰਾਂਵਾਲਾ ਕਿੱਥੇ ਵੇ ਜੀ, ਇਹਦਾ ਐਡਰੈਸ ਕਿੱਥੇ ਵੇ ਜੀ, ਇਹ ਸੁਣ ਲਓ। ਜੀ ਟੀ ਰੋਡ ਕੰਗਣੀ ਵਾਲਾ ਬਾਈਪਾਸ, ਔਰ ਉਸ ਦੂਸਰੀ ਸਾਈਡ ਤੋਂ ਪਿੱਪਲ ਕਲੋਨੀ ਦਾ ਜਿਹੜਾ ਚੌਂਕ ਹੈ, ਮੇਨ ਚੌਂਕ ਜੀ ਟੀ ਰੋਡ ਦਾ, ਇਹਨਾਂ ਦੋਵਾਂ ਦੇ ਸੈਂਟਰ ਦੇ ਵਿੱਚ ਜਾਮਿਆ ਮਹਿਮਦੀਆ ਮਸਜਿਦ ਦੇ ਬਿਲਕੁਲ ਨਾਲ ਹੈ। ਇਹਦਾ ਐਡਰੈਸ ਹੈ ਜੀ। ਅਸੀਂ ਆ ਗਏ ਹਾਂ ਜੀ ਪਾਰਕ ਦੀ ਅੰਦਰਲੀ ਸਾਈਡ 'ਤੇ। ਇਹ ਪਾਰਕ ਦੀ ਅੰਦਰਲੀ ਸਾਈਡ ਦੀ ਵੀਡੀਓ ਵੇ। ਇਹਦੇ ਵਿੱਚ ਬੱਚਿਆਂ ਦੇ ਝੂਲੇ ਵੀ ਬਹੁਤ ਜ਼ਿਆਦਾ ਨੇ, ਉਹ ਵੀ ਤੁਹਾਨੂੰ ਵਹਾਨੇ ਆ। ਔਰ ਇਹਦੇ ਵਿੱਚ ਤਲਾਬ ਵੀ ਬਣਿਆ, ਇਹਦੇ ਵਿੱਚ ਕਿਸ਼ਤੀਆਂ ਚੱਲਦੀਆਂ ਨੇ ਆਪੀ ਵੀ, ਯਾਨੀ ਕਿ ਬੰਦਾ ਬੱਚੇ ਆਪੀ ਵੀ ਕਿਸ਼ਤੀਆਂ ਚਲਾ ਲੈਂਦੇ ਨੇ ਪੈਰਾਂ ਦੇ ਨਾਲ। ਔਰ ਇੱਕ ਕਿਸ਼ਤੀ ਵੱਡੀ ਹੈ ਜਿਹੜੀ ਇੰਜਨ ਦੇ ਨਾਲ ਚੱਲਦੀ ਹੈ। ਇਸ ਤੋਂ ਇਲਾਵਾ ਝੂਲੇ ਬਹੁਤ ਜ਼ਿਆਦਾ ਨੇ, ਤੁਹਾਨੂੰ ਵਹਾਨੇ ਆ। ਅੱਗੇ ਆ ਗਈਆਂ ਜੀ ਐਕਸਰਸਾਈਜ਼ ਵਾਲੀਆਂ ਮਸ਼ੀਨਾਂ। ਇਹ ਸੁਬਹਾ ਵੀ ਲੋਕ ਇੱਥੇ ਐਕਸਰਸਾਈਜ਼ ਕਰਦੇ ਨੇ, ਔਰ ਪਿਛਲੇ ਟਾਈਮ ਵੀ ਆ ਕੇ ਐਕਸਰਸਾਈਜ਼ ਕਰਦੇ ਨੇ। ਇਹ ਗਰਮੀਆਂ ਨੂੰ ਰਾਤ ਦੇ 11 ਵਜੇ ਤੱਕ ਪਾਰਕ ਖੁੱਲ੍ਹੀ ਰਹਿੰਦੀ ਹੈ, ਸਰਦੀਆਂ ਨੂੰ 9 ਵਜੇ ਤੱਕ ਖੁੱਲ੍ਹੀ ਰਹਿੰਦੀ ਹੈ। ਇੱਥੇ 4 ਚੁਫੇਰੇ ਦੌੜਨ ਵਾਸਤੇ ਜਗ੍ਹਾ ਵੀ ਉਹਨਾਂ ਨੇ ਬਣਾਈ ਹੈ, ਅਤੇ ਅੰਦਰ ਐਕਸਰਸਾਈਜ਼ ਵਾਲੀਆਂ ਮਸ਼ੀਨਾਂ ਵੀ ਬਣਾਈਆਂ ਨੇ, ਔਰ ਲੋਕ ਇੱਥੇ ਸੈਰੋ ਤਫਰੀਹ ਖੂਬ ਆ ਕੇ ਕਰਦੇ ਨੇ। ਅਤੇ ਚੱਲਦੇ ਹਾਂ ਜੀ ਅੱਗੇ, ਵੇਖਦੇ ਹਾਂ ਅੱਗੇ ਕੀ ਹੈ। ਇਹ ਬੱਚਿਆਂ ਦੇ ਛੋਟੇ ਛੋਟੇ ਝੂਲੇ ਨੇ ਬੱਚਿਆਂ ਵਾਸਤੇ ਜੀ, ਅਤੇ ਨਾਲ ਹੀ ਤੁਸੀਂ ਸਾਡੇ ਨਾਲ ਰਹੋ, ਤੁਹਾਨੂੰ ਸਾਰੀ ਪਾਰਕ ਦੀ ਅਸੀਂ ਕਰਵਾਉਂਦੇ ਹਾਂ ਸੈਰ।
ਅਤੇ ਨਾਲ ਦੀ ਉਮੀਦ ਹੈ ਤੁਹਾਨੂੰ ਅੱਜ ਦੀ ਸਾਡੀ ਜਨਾਬ ਪਾਰਕ ਵਾਲੀ ਵੀਡੀਓ ਪਸੰਦ ਆਈ ਹੋਏਗੀ। ਇਸ ਤਰ੍ਹਾਂ ਦੀਆਂ ਮਸ਼ਹੂਰ ਪਾਰਕਾਂ ਦੀਆਂ ਵੀਡੀਓ ਔਰ ਮਸ਼ਹੂਰ ਮਕਾਮ ਆਦਿ ਦੀਆਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦਿਓ। ਆਪਣਾ ਬਹੁਤ ਸਾਰਾ ਖਿਆਲ ਰੱਖਿਓ। ਅੱਲਾਹ ਹਾਫਿਜ਼।